ਸੋਹਣ ਸਿੰਘ ਸੀਤਲ ਦਾ ਦੂਜਾ ਕਾਂਡ ਮਹਾਰਾਜਾ ਦਲੀਪ ਸਿੰਘ ਬਾਰੇ ਦਾ ਅਗਲਾ ਹਿੱਸਾ। ਰਾਣੀ ਦਇਆ ਕੌਰ ਕਸ਼ਮੀਰਾ ਸਿੰਘ ਦੀ ਮਾਤਾ ਅਤੇ ਕਸ਼ਮੀਰਾ ਸਿੰਘ ਦੀਆਂ ਇਸਤਰੀਆਂ ਜੋ ਭਾਈ ਵੀਰ ਸਿੰਘ ਦੇ ਡੇਰੇ 'ਚ ਸਨ ਨੂੰ ਬੰਨ੍ਹ ਕੇ ਲਾਭ ਸਿੰਘ ਲਾਹੌਰ ਨੂੰ ਲੈ ਤੁਰਿਆ। ਖਾਲਸਾ ਫੌਜਾਂ ਨੂੰ ਪਤਾ ਲੱਗਾ ਤਾਂ ਉਹਨਾਂ ਲਾਭ ਸਿੰਘ ਨੂੰ ਘੇਰ ਲਿਆ। ਹੀਰਾ ਸਿੰਘ ਨੇ ਉਹਨਾਂ ਸਾਰੀਆਂ ਇਸਤਰੀਆਂ ਨੂੰ ਬੜੀ ਇੱਜ਼ਤ ਨਾਲ ਲਾਹੌਰ ਲਿਆਂਦਾ, ਫਿਰ ਉਹਨਾਂ ਦੀ ਜਗ੍ਹਾ 'ਚ ਭੇਜ ਦਿੱਤਾ। ਇਸ ਤਰ੍ਹਾਂ ਫੌਜ ਦਾ ਕੁਝ ਸਮੇਂ ਵਾਸਤੇ ਗੁੱਸਾ ਠੰਡਾ ਹੋਇਆ, ਪਰ ਇਹ ਅੱਗ ਧੁਖਦੀ ਰਹੀ। ਦੀਵਾਨ ਜਵਾਹਰ ਮੱਲ ਡਰਦਾ ਜੰਮੂ ਨੂੰ ਨੱਸ ਗਿਆ। ਕੰਵਰ ਕਸ਼ਮੀਰਾ ਸਿੰਘ ਦੇ ਕਤਲ ਦਾ ਗੁੱਸਾ ਅਤੇ ਫੌਜ ਦੇ ਦਿਲੋਂ ਗਿਆ ਨਹੀਂ ਸੀ ਜਾਂ ਉੱਤੋਂ ਹੋਰ ਬਲ ਪਈ। ਜੱਲੇ ਪੰਡਿਤ ਨੇ ਮਹਾਰਾਣੀ ਜਿੰਦ ਕੌਰ ਨੂੰ ਜ਼ਹਿਰ ਦੇਣ ਦੀ ਸਾਜਿਸ਼ ਕੀਤੀ। ਇਸ ਬਾਰੇ ਸਮਿਥ ਨੇ ਪੰਨਾ 127 'ਤੇ ਲਿਖਿਆ, ਜੋ ਨੇਪਰੇ ਨਾ ਚੜੀ। ਸਾਰੇ ਫੌਜਾਂ ਵਿੱਚ ਅਫਵਾਹ ਖਿਲਰ ਗਈ। ਜੱਲਾ ਅਤੇ ਹੀਰਾ ਸਿੰਘ ਮਹਾਰਾਜਾ ਦਲੀਪ ਸਿੰਘ ਅਤੇ ਉਹਦੀ ਮਾਤਾ ਨੂੰ ਬੜਾ ਤੰਗ ਕਰਦੇ ਹਨ। ਇਹ ਸੁਣ ਕੇ ਫੌਜਾਂ ਭੜਕ ਉੱਠੀਆਂ ਅਤੇ ਹੀਰਾ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਜੱਲੇ ਪੰਡਿਤ ਨੂੰ ਕੱਢ ਦੇਵੇ ਅਤੇ ਮਹਾਰਾਜੇ ਅਤੇ ਮਹਾਰਾਣੀ ਨੂੰ ਉਹਨਾਂ ਦੇ ਨਿੱਜੀ ਖਰਚਾਂ ਵਾਸਤੇ ਵੱਖਰੀ ਜਾਗੀਰ ਦੇਵੇ, ਨਹੀਂ ਤਾਂ ਲੜਾਈ ਵਾਸਤੇ ਤਿਆਰ ਹੋ ਜਾਏ। ਸੁਣਦੇ ਸਾਰ ਹੀਰਾ ਸਿੰਘ ਦੀ ਖਾਨਿਓਂ ਗਈ। ਉਹ ਰਾਤੋਂ ਰਾਤ 3,000 ਫੌਜ ਦੇ ਨਿੱਘ ਦੇ ਸੱਜਣਾ ਮਿੱਤਰਾਂ ਨੂੰ ਨਾਲ ਲੈ ਕੇ ਸਭ ਮਾਲ ਅਸਬਾਬ ਅਤੇ ਖਜ਼ਾਨਾ ਲਦਵਾ ਕੇ ਜੰਮੂ ਨੂੰ ਉੱਠ ਨੱਠਾ। ਦਿਨੇ ਫੌਜਾਂ 'ਚ ਪਤਾ ਲੱਗਾ ਤਾਂ ਸਰਦਾਰ ਜਵਾਹਰ ਸਿੰਘ ਮਹਾਰਾਣੀ ਜਿੰਦ ਕੌਰ ਦਾ ਭਰਾ, ਸਰਦਾਰ ਅਤਰ ਸਿੰਘ ਕਾਲਿਆਂ ਵਾਲਾ, ਸਰਦਾਰ ਸ਼ਾਮ ਸਿੰਘ ਅਟਾਰੀ ਫੌਜਾਂ ਲਾ ਕੇ ਮਗਰ ਲੱਗੇ। ਉਹਨਾਂ ਲਾਹੌਰੋਂ 7 ਕੁ ਮੀਲ ਦੀ ਵਿੱਥ 'ਤੇ ਹੀਰਾ ਸਿੰਘ ਨੂੰ ਜਾ ਘੇਰਿਆ। ਡੋਗਰਿਆਂ ਨੇ ਪਿੰਡ 'ਚ ਆਸਰਾ ਲਿਆ, ਪਰ ਇਹ ਆਸਰਾ ਕਦ ਤੱਕ ਨਿਭਾਊ ਹੁੰਦਾ? ਬੜੀ ਲਹੂ ਡੋਲਵੀਂ ਲੜਾਈ ਹੋਈ। ਪੰਡਿਤ ਜੱਲਾ ਮੀਆਂ ਸੋਹਣ ਸਿੰਘ, ਰਾਜਾ ਗੁਲਾਬ ਸਿੰਘ ਦਾ ਪੁੱਤਰ, ਲਾਭ ਸਿੰਘ ਡੋਗਰਾ, ਬਹੁਤ ਸਾਰੇ ਸਾਥੀਆਂ ਸਣੇ ਮਾਰੇ ਗਏ। ਹੀਰਾ ਸਿੰਘ ਅੰਤ ਦੇ ਸਾਹਾਂ 'ਤੇ ਸਹਿਕ ਰਿਹਾ ਸੀ ਜਾਂ ਸਰਦਾਰ ਅਤਰ ਸਿੰਘ ਕਾਲਿਆਂ ਵਾਲਾ ਕੋਲ ਪੁੱਜਾ। ਸਰਦਾਰ ਵੱਲੇ ਵੇਖ ਕੇ ਹੀਰਾ ਸਿੰਘ ਨੇ ਅੱਖਾਂ ਨੀਵੀਆਂ ਕਰ ਲਈਆਂ। ਸਰਦਾਰ ਨੇ ਸੰਬੋਧਨ ਕਰਕੇ ਕਿਹਾ, ਹੀਰਾ ਸਿੰਘ ਆ, ਇਹ ਤੇਰੇ ਪਾਪਾਂ ਦਾ ਫਲ ਹੈ। ਤੇਰੇ ਬਾਪ ਨੇ ਜੋ ਜ਼ਹਿਰ ਦਾ ਬੀਜ ਬੀਜਿਆ ਸੀ ਉਹ ਸਾਰੇ ਰਾਜ ਭਾਗ ਨੂੰ ਖਾਈ ਜਾ ਰਿਹਾ, ਜਾ ਉਹਨੂੰ ਛੇਤੀ ਮਿਲ। ਇਹ ਘਟਨਾ ਸਨਿਚਰਵਾਰ 21 ਦਸੰਬਰ 1844 ਈਸਵੀ ਨੂੰ ਹੋਈ। ਮੀਆਂ ਸੋਹਣ ਸਿੰਘ, ਪੰਡਿਤ ਜੱਲਾ, ਲਾਭ ਸਿੰਘ ਡੋਗਰਾ ਅਤੇ ਰਾਜਾ ਹੀਰਾ ਸਿੰਘ ਦੇ ਸਿਰ ਵੱਢ ਲਏ ਗਏ। ਉਹਨਾਂ ਦਾ ਮਾਲ ਅਸਬਾਬ ਲੁੱਟ ਲਿਆ ਗਿਆ। ਲਾਹੌਰ 'ਚ ਵਾਪਸ ਆ ਕੇ ਚਾਰੇ ਸਿਰ ਬਾਜ਼ਾਰਾਂ 'ਚ ਫੇਰੇ ਗਏ। ਅੰਤ ਹੀਰਾ ਸਿੰਘ ਦਾ ਸਿਰ ਲੋਹਾਰੀ ਦਰਵਾਜ਼ੇ, ਲਾਭ ਸਿੰਘ ਦਾ ਮੋਚੀ ਦਰਵਾਜ਼ੇ, ਸੋਹਣ ਸਿੰਘ ਦਾ ਸ਼ਾਹ ਲਾਮੀ ਦਰਵਾਜ਼ੇ ਅੱਗੇ ਟੰਗੇ ਗਏ। ਪਿੱਛੋਂ ਜਦ ਰਾਜਾ ਗੁਲਾਬ ਸਿੰਘ ਲਾਹੌਰ ਆਇਆ ਤਾਂ ਉਹਨੇ ਇਹਨਾਂ ਸਿਰਾਂ ਦਾ ਸੰਸਕਾਰ ਕੀਤਾ। ਬਾਕੀ ਜੱਲੇ ਦੇ ਸਿਰ ਦੀ ਤਾਂ ਉਹ ਮਿੱਟੀ ਖੁਆਰ ਕੀਤੀ ਗਈ ਕਿ ਰਹੇ ਰੱਬ ਦਾ ਨਾਂ। ਕਈ ਦਿਨ ਤੱਕ ਲਾਹੌਰ 'ਚ ਹੱਟੀ ਅਤੇ ਫੇਰ ਕੇ ਕੌਡੀਆਂ ਉਗਰਾਈਆਂ ਗਈਆਂ। ਜੋ ਵੀ ਉਹਦੇ ਸਿਰ ਨੂੰ ਵੇਖਦਾ ਉਹਦੀਆਂ ਕਰਤੂਤਾਂ 'ਤੇ ਲਾਹਨਤਾਂ ਪਾਉਂਦਾ। ਉੜਕ ਉਹਦਾ ਸਿਰ ਕੁੱਤਿਆਂ ਅੱਗੇ ਪਾ ਦਿੱਤਾ ਗਿਆ। ਰਾਜਾ ਹੀਰਾ ਸਿੰਘ ਦੇ ਮਰਨ 'ਤੇ ਮਹਾਰਾਣੀ ਜਿੰਦ ਕੌਰ ਦਾ ਭਰਾ ਸਰਦਾਰ ਜਵਾਹਰ ਸਿੰਘ ਵਜ਼ੀਰ ਬਣਿਆ। ਜੰਮੂ ਦੇ ਰਾਜੇ ਗੁਲਾਬ ਸਿੰਘ ਵੱਲੋਂ ਮਾਮਲਾ ਨਹੀਂ ਸੀ ਪਹੁੰਚਿਆ, ਸੋ ਸਰਦਾਰ ਜਵਾਹਰ ਸਿੰਘ ਨੇ ਮਾਮਲਾ ਉਗਰਾਉਣ ਵਾਸਤੇ ਜੰਮੂ 'ਤੇ ਫੌਜ ਭੇਜੀ। ਜਾਂਦਿਆਂ ਹੀ ਸਿੱਖ ਫੌਜ ਨੇ ਜੰਮੂ ਨੂੰ ਘੇਰਾ ਪਾ ਲਿਆ। ਰਾਜਾ ਗੁਲਾਬ ਸਿੰਘ ਨੇ ਸੁਲ੍ਹਾ ਵਾਸਤੇ ਬੇਨਤੀ ਕਰ ਭੇਜੀ। ਸਰਦਾਰ ਫਤਿਹ ਸਿੰਘ ਮਾਨ ਗੁਲਾਬ ਸਿੰਘ ਕੋਲ ਪਹੁੰਚਿਆ। ਡੋਗਰੇ ਨੇ 35 ਲੱਖ ਹਰਜ਼ਾਨਾ ਅਤੇ ਮਾਮਲਾ ਦੇਣਾ ਕਰਕੇ ਸੁਲ੍ਹਾ ਕਰ ਲਈ। ਜਦ ਫਤਿਹ ਸਿੰਘ ਕੁਝ ਸਿਪਾਹੀਆਂ ਸਣੇ ਵਾਪਸ ਆਪਣੇ ਕੈਂਪਾਂ ਨੂੰ ਮੁੜ ਰਿਹਾ ਸੀ ਤਾਂ ਡੋਗਰਾ ਫੌਜ ਨੇ ਧੋਖੇ ਨਾਲ ਘੇਰ ਕੇ ਉਹਨੂੰ ਕਤਲ ਕਰ ਦਿੱਤਾ। ਸਰਦਾਰ ਫਤਿਹ ਸਿੰਘ ਦੇ ਮਰਨ ਦੀ ਖਬਰ ਸੁਣ ਕੇ ਖਾਲਸਾ ਫੌਜ ਨੇ ਗੁੱਸੇ ਨਾਲ ਜੰਮੂ 'ਤੇ ਹੱਲਾ ਬੋਲ ਦਿੱਤਾ।
ਤਿੰਨ ਦਿਨਾਂ ਦੀ ਲੜਾਈ ਪਿੱਛੋਂ ਗੁਲਾਬ ਸਿੰਘ ਹਾਰ ਕੇ ਖਾਲਸਾ ਫੌਜ ਦੀ ਚਰਨੀ ਆ ਪਿਆ। ਉਹਨੇ ਬਹੁਤ ਸਾਰਾ ਜੁਰਮਾਨਾ ਦੇਣਾ ਮੰਨ ਕੇ ਸੁਲਾਹ ਕਰ ਲਈ। ਖਾਲਸਾ ਫੌਜ ਗੁਲਾਬ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਨੂੰ ਲੈ ਤੁਰੇ। ਉਸ ਚਲਾਕ ਡੋਗਰੇ ਨੇ ਰਾਹ 'ਚ ਵੱਢੀ ਦੇ ਕੇ ਕੁਝ ਫੌਜ ਆਪਣੇ ਵੱਲੇ ਕਰ ਲਈ। ਰਾਵੀ ਦੇ ਨੇੜੇ ਪੁੱਜੇ ਤਾਂ ਫੌਜ 'ਚ ਦੋ ਵਿਰੋਧੀ ਧੜੇ ਹੋ ਗਏ, ਇੱਕ ਗੁਲਾਬ ਸਿੰਘ ਅਤੇ ਸੇਵਾ ਸਿੰਘ ਮਜੀਠੀਆ ਦੇ ਮਾਤਹਿਤ ਅਤੇ ਦੂਜਾ ਲਾਲ ਸਿੰਘ ਦੇ। ਮਗਰਲੇ ਹਿੱਸੇ 'ਚ ਕੰਵਰ ਪਿਸ਼ੌਰਾ ਸਿੰਘ ਆ ਮਿਲਿਆ। ਇਸ ਦਲ ਨੇ ਕੰਵਰ ਨੂੰ ਆਪਣਾ ਲੀਡਰ ਬਣਾ ਲਿਆ। ਸਰਦਾਰ ਜਵਾਹਰ ਸਿੰਘ ਨੂੰ ਪਹਿਲਾ ਡਰ ਗੁਲਾਬ ਸਿੰਘ ਦਾ ਸੀ। ਪਹਿਲੇ ਨੇ ਮਗਰਲੇ ਦੇ ਟਾਕਰੇ ਵਾਸਤੇ ਆਪਣੀ ਫੌਜ ਘੱਲੀ। ਫੌਜੀ ਪੰਚਾਂ ਨੇ ਵਿੱਚ ਪੈ ਕੇ ਦੋਹਾਂ ਦੀ ਸੁਲਾਹ ਕਰਾ ਦਿੱਤੀ। ਰਾਜਾ ਗੁਲਾਬ ਸਿੰਘ ਨੇ 60 ਲੱਖ ਸਾਲਾਨਾ ਦੇਣਾ ਮੰਨਿਆ, ਜੋ ਉਹਨੂੰ ਸਾਰੇ ਡੋਗਰਿਆਂ ਦੀਆਂ ਜਾਗੀਰਾਂ ਦੇ ਦਿੱਤੀਆਂ ਜਾਣ ਤਾਂ ਸੁਲਾਹ ਦੇ ਕੁਝ ਦਿਨ ਪਿੱਛੋਂ ਗੁਲਾਬ ਸਿੰਘ ਜੰਮੂ ਨੂੰ ਮੁੜ ਗਿਆ। ਕੰਵਰ ਪਿਸ਼ੌਰਾ ਸਿੰਘ ਨੇ ਤਨਖਾਹ ਵਧਾਉਣ ਦਾ ਲਾਰਾ ਦੇ ਕੇ ਕੁਝ ਫੌਜ ਆਪਣੇ ਨਾਲ ਗੰਢ ਲਈ। ਕੁਝ ਪੰਚਾਂ ਨੇ ਵੀ ਉਹਨੂੰ ਰਾਜ ਦਾ ਅਸਲੀ ਹੱਕਦਾਰ ਮੰਨ ਲਿਆ। ਮਹਾਰਾਣੀ ਜਿੰਦ ਕੌਰ ਨੇ ਇੱਥੇ ਬੜੀ ਚਾਤਰੀ ਤੋਂ ਕੰਮ ਲਿਆ। ਉਹਨੇ ਕੰਵਰ ਨੂੰ ਮਹਿਲਾਂ 'ਚ ਬੁਲਾ ਕੇ ਆਪਣੇ ਪੁੱਤਰ ਦਲੀਪ ਸਿੰਘ ਵਾਂਗ ਉਹਦਾ ਆਦਰ ਕੀਤਾ। ਮਗਰ ਇਹ ਵੇਖ ਕੇ ਸਰਦਾਰ ਜਵਾਹਰ ਸਿੰਘ ਸੜ ਭੁੱਜ ਗਿਆ। ਉਹਦੀਆਂ ਵੱਟੀਆਂ ਹੋਈਆਂ ਅੱਖਾਂ ਵੇਖ ਕੇ ਕੰਵਰ ਫੌਜ ਵਿੱਚ ਚਲਾ ਗਿਆ। ਸਰਦਾਰ ਜਵਾਹਰ ਸਿੰਘ ਨੇ ਫੌਜਾਂ ਨੂੰ ਇਨਾਮ ਦੇ ਕੇ ਫਿਰ ਆਪਣੇ ਨਾਲ ਗੰਢ ਲਿਆ। ਆਖਿਰ ਫੌਜੀ ਪੰਚਾਂ ਨੇ ਕੰਵਰ ਨੂੰ ਦਰਬਾਰ ਵੱਲੋਂ ਤੋਹਫ਼ੇ ਅਤੇ ਜਾਗੀਰ ਦੇ ਵਾਅਦੇ ਦਾ ਇਕਰਾਰ ਦਿਵਾ ਕੇ ਸਿਆਲਕੋਟ ਘੱਲ ਦਿੱਤਾ। ਸਤੰਬਰ 1844 ਈਸਵੀ ਨੂੰ ਮੁਲਤਾਨ ਦਾ ਗਵਰਨਰ ਦੀਵਾਨ ਸਾਵਣ ਮੱਲ ਇੱਕ ਸਿਪਾਹੀ ਹੱਥੋਂ ਕਤਲ ਹੋ ਗਿਆ। ਉਸ ਤੋਂ ਪਿੱਛੋਂ ਉਹਦਾ ਪੁੱਤਰ ਦੀਵਾਨ ਮੂਲ ਰਾਜ ਮੁਲਤਾਨ ਦਾ ਗਵਰਨਰ ਬਣਿਆ। ਹੀਰਾ ਸਿੰਘ ਦੇ ਮਰਨ ਪਿੱਛੋਂ ਮੂਲ ਰਾਜ ਲਾਹੌਰ ਦਰਬਾਰ ਤੋਂ ਆਕੀ ਹੋ ਬੈਠਾ। ਜਵਾਹਰ ਸਿੰਘ ਨੇ ਫੌਜ ਭੇਜ ਕੇ ਉਹ ਤੋਂ 18 ਲੱਖ ਕਾਰੂਗਰਾਇਆ। ਇਸ ਤਰ੍ਹਾਂ ਇੱਕ ਵਾਰ ਸਾਰੇ ਇਲਾਕੇ 'ਚ ਜਵਾਹਰ ਸਿੰਘ ਨੇ ਆਪਣਾ ਤਸੱਲਤ ਜਮਾ ਲਿਆ। ਰਾਜਾ ਗੁਲਾਬ ਸਿੰਘ ਅਤੇ ਕੰਵਰ ਪਿਸ਼ੌਰਾ ਸਿੰਘ ਨੂੰ ਫਿਰ ਚੁੱਕਣਾ ਸ਼ੁਰੂ ਕਰ ਦਿੱਤਾ ਕਿ ਜੇ ਤੂੰ ਉੱਦਮ ਕਰੇ ਤਾਂ ਫੌਜ ਦੀ ਮਦਦ ਨਾਲ ਤਖ਼ਤ ਲੈ ਸਕਦਾ ਹੈ। ਇਸ ਚੁੱਕਣਾ ਚਾਹ ਕੇ ਕੰਵਰ ਨੇ ਸਿਆਲਕੋਟ 'ਚ ਗਦਰ ਮਚਾ ਦਿੱਤਾ। ਉੱਧਰ ਇਹ ਸਾਰਾ ਹਾਲ ਗੁਲਾਬ ਸਿੰਘ ਨੇ ਸਰਦਾਰ ਜਵਾਹਰ ਸਿੰਘ ਨੂੰ ਲਾਹੌਰ ਲਿਖ ਘੱਲਿਆ। ਉਹਨੇ ਜਵਾਹਰ ਸਿੰਘ ਨੇ ਇਸ ਬਲਵੇ ਨੂੰ ਦਬਾਉਣ ਵਾਸਤੇ ਫੌਜ ਭੇਜ ਦਿੱਤੀ। ਗੁਲਾਬ ਸਿੰਘ ਵੀ ਆਪਣੀ ਫੌਜ ਸਣੇ ਸਿਆਲਕੋਟ ਸੀ। ਉਹਨੂੰ ਇੱਕ ਹੋਰ ਸਾਜਿਸ਼ ਸੁੱਝੀ। ਉਹਨੇ ਬੜੇ ਢੰਗ ਨਾਲ ਫੌਜ ਨੂੰ ਸਮਝਾਇਆ ਕਿ ਉਹਨੂੰ ਜੰਮੂ ਜਾਣ ਦਿੱਤਾ ਜਾਏ। ਜੰਮੂ ਜਾ ਕੇ ਉਹਨੇ ਅੰਗਰੇਜ਼ਾਂ ਵੱਲੇ ਦੋਸਤੀ ਦਾ ਹੱਥ ਵਧਾਇਆ ਕਿ ਉਹ ਗੁਲਾਬ ਸਿੰਘ ਉਹਨਾਂ ਅੰਗਰੇਜ਼ਾਂ ਦੀ ਲਾਹੌਰ ਆਉਣ 'ਚ ਮਦਦ ਕਰੇਗਾ ਜੇ ਉਹਨੂੰ ਇਸ ਗੱਲ ਦਾ ਭਰੋਸਾ ਦਿਵਾਉਣ ਕਿ ਗੁਲਾਬ ਸਿੰਘ ਨੂੰ ਉਹ ਉੱਤਰੀ ਪੂਰਬੀ ਸੂਬਿਆਂ ਦਾ ਖੁਦ ਮੁਖਤਿਆਰ ਮਾਰਾਰਾ ਬਣਾ ਦੇਣਗੇ। ਦ ਸਿੱਖ ਵਾਰਸ ਵਿੱਚੋਂ ਇਹ ਹਵਾਲਾ ਲਿਆ ਗਿਆ। ਪਿਸ਼ੌਰਾ ਸਿੰਘ ਨੇ ਅੱਗੇ ਵੱਧ ਕੇ ਕਿਲ੍ਹਾ ਅਟਕ ਉੱਤੇ ਕਬਜ਼ਾ ਕਰਕੇ ਪੰਜਾਬ ਦਾ ਮਹਾਰਾਜਾ ਹੋਣ ਦਾ ਐਲਾਨ ਕੀਤਾ ਅਤੇ ਕਾਬਲ ਦੇ ਹਾਕਮ ਦੋਸਤ ਮੁਹੰਮਦ ਖਾਨ ਨਾਲ ਵੀ ਚਿੱਠੀ ਪੱਤਰ ਸ਼ੁਰੂ ਕਰ ਦਿੱਤਾ। ਇਲਾਕੇ ਦੀਆਂ ਕੁਝ ਫੌਜਾਂ ਵੀ ਉਸ ਨਾਲ ਆ ਮਿਲੀਆਂ। ਇੰਨੇ ਨੂੰ ਸਰਦਾਰ ਜਵਾਹਰ ਸਿੰਘ ਦੇ ਭੇਜੇ ਹੋਏ ਫਤਿਹ ਖਾਂ ਟਿਵਾਣਾ ਡੇਰਾ ਇਸਮਾਈਲ ਖਾਂ ਤੋਂ ਸਰਦਾਰ ਚਤਰ ਸਿੰਘ ਅਟਾਰੀ ਹਜ਼ਾਰੇ ਤੋਂ ਅਟਕ ਪਹੁੰਚ ਗਏ। ਫੌਜ ਦੀ ਹਮਦਰਦੀ ਕੰਵਰ ਨਾਲ ਵਧੇਰੇ ਵੇਖ ਕੇ ਸਰਦਾਰ ਚਤਰ ਸਿੰਘ ਨੇ ਕੰਵਰ 'ਤੇ ਹੱਲਾ ਨਾ ਕੀਤਾ, ਸਗੋਂ ਸੁਲਾ ਦੀ ਗੱਲਬਾਤ ਤੋਰੀ। ਕੰਵਰ ਵੀ ਮੰਨ ਗਿਆ, ਰਾਜ਼ੀਨਾਮੇ ਕਿਲ੍ਹਾ ਖਾਲੀ ਕਰ ਦਿੱਤਾ। ਅਗਲੇ ਦਿਨ ਤਿੰਨੇ ਫਤਿਹ ਖਾਂ ਚਤਰ ਸਿੰਘ ਅਤੇ ਕੰਵਰ ਸਣੇ ਫੌਜ ਲਾਹੌਰ ਨੂੰ ਤੁਰ ਪਏ। ਰਾਹ 'ਚ ਸ੍ਰੀ ਪੰਜਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਵਾਸਤੇ ਖਲੋ ਗਏ। ਇੱਥੇ ਰਾਤੀ ਸੁੱਤੇ ਪਏ ਪਿਸ਼ੌਰਾ ਸਿੰਘ ਨੂੰ ਧੋਖੇ ਨਾਲ ਬੰਨ੍ਹ ਲਿਆ ਅਤੇ ਅਗਲੇ ਦਿਨ ਕਿਲ੍ਹੇ ਅਟਕ ਦੇ ਕਾਲੇ ਬੁਰਜ ਵਿੱਚ ਕੈਦ ਜਾ ਕੀਤਾ।
ਪਿੱਛੋਂ ਜਵਾਹਰ ਸਿੰਘ ਵੱਲੋਂ ਹੁਕਮ ਪਹੁੰਚਿਆ ਜਿੰਨੀ ਛੇਤੀ ਹੋ ਸਕੇ ਕੰਵਰ ਨੂੰ ਕਤਲ ਕਰਤਾ ਜਾਏ। ਸਨਿਚਰਵਾਰ 30 ਅਗਸਤ 1845 ਨੂੰ ਕਾਲੀ ਬੋਲੀ ਰਾਤ ਸੀ। ਕਿਲ੍ਹੇ ਦੇ ਹੇਠ ਦਰਿਆ ਅਟਕ ਠਾਠਾ ਮਾਰ ਰਿਹਾ ਸੀ। ਪੱਥਰਾਂ ਨਾਲ ਪਾਣੀ ਦੀਆਂ ਛੱਲਾਂ ਵੱਜ ਵੱਜ ਕੇ ਬੜੀ ਡਰਾਉਣੀ ਆਵਾਜ਼ ਪੈਦਾ ਕਰ ਰਹੀਆਂ ਸੀ। ਕੰਢੇ ਉੱਤੇ ਲੋਹੇ ਦੀਆਂ ਸੰਗਲਾਂ 'ਚ ਬੱਧਾ ਹੋਇਆ ਸ਼ੇਰੇ ਪੰਜਾਬ ਦਾ ਪੁੱਤਰ ਪਸ਼ੌਰਾ ਸਿੰਘ ਖੜ੍ਹਾ ਸੀ। ਸੂਰਮੇ ਚੂੜੇ ਨੂੰ ਹੁਕਮ ਹੋਇਆ ਕੰਵਰ ਦਾ ਸਿਰ ਉੜਾ ਦਿੱਤਾ। ਉੜਾ ਦੇਵੇ, ਕੰਵਰ ਦਾ ਕੋਈ ਉਜਰ ਨਾ ਸੁਣਿਆ। ਬੜੀ ਬੇਰਹਿਮੀ ਨਾਲ 22 ਸਾਲ ਦੀ ਉਮਰ 'ਚ ਉਹਨੂੰ ਕਤਲ ਕਰ ਦਿੱਤਾ ਗਿਆ। ਟੁਕੜੇ ਟੁਕੜੇ ਕਰਕੇ ਦਰਿਆ ਅਟਕ 'ਚ ਰੁੜਾ ਦਿੱਤਾ ਗਿਆ। ਪਸ਼ੌਰਾ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਫੌਜਾਂ ਜਵਾਹਰ ਸਿੰਘ ਦੇ ਵਿਰੁੱਧ ਭੜਕ ਉੱਠੀਆਂ। ਪਿਰਥੀ ਸਿੰਘ ਨਾਮੇ ਡੋਗਰਾ ਸਭ ਤੋਂ ਵਧੇਰੇ ਜੋਸ਼ 'ਚ ਆਇਆ। ਉਹ ਥਾਂ ਥਾਂ ਫੌਜ 'ਚ ਕਹਿੰਦਾ ਫਿਰਦਾ ਕਿ ਪਸ਼ੌਰਾ ਸਿੰਘ ਦੀ ਮੌਤ ਦਾ ਬਦਲਾ ਲਿਆ ਜਾਏਗਾ। ਜਵਾਹਰ ਸਿੰਘ ਦੇ ਵਿਰੋਧੀਆਂ ਨੇ ਪ੍ਰਿਥੀ ਸਿੰਘ ਰਾਹੀਂ ਫੌਜਾਂ 'ਚ ਬਹੁਤ ਰੁਪਇਆ ਵੰਡਿਆ। ਬਹੁਤ ਸਾਰੀ ਫੌਜ ਸ਼ਹਿਰ ਦੇ ਬੂਹੇ ਅੱਗੇ ਆ ਬੈਠੀ। ਜਵਾਹਰ ਸਿੰਘ ਨੂੰ ਸੁਨੇਹਾ ਭੇਜਿਆ, ਜਾਂ ਪੇਸ਼ ਹੋ, ਜੋ ਕੁਝ ਪਸ਼ੌਰਾ ਸਿੰਘ ਦੇ ਕਤਲ ਬਾਬਤ ਕਹਿਣਾ ਕਹਿ ਲਵੇ, ਜਾਂ ਲੜਾਈ ਵਾਸਤੇ ਤਿਆਰ ਹੋ ਜਾ। ਪੰਚਾਂ ਦੇ ਹੁਕਮ ਅਨੁਸਾਰ ਪ੍ਰਿਥੀ ਸਿੰਘ ਨੇ ਕਿਲ੍ਹੇ ਵਿਚਲੀ ਜਵਾਹਰ ਸਿੰਘ ਦੀ ਫੌਜ ਨੂੰ ਵੀ ਆਖ ਘੱਲਿਆ ਕਿ ਜੇ ਉਹਨਾਂ ਟਾਕਰਾ ਕੀਤਾ ਜਾਂ ਜਵਾਹਰ ਸਿੰਘ ਨੂੰ ਨੱਸਣ ਦਿੱਤਾ ਤਾਂ ਸਭ ਤੋਪ ਅੱਗੇ ਉਡਾਏ ਜਾਣਗੇ। ਇਹ ਸੁਣ ਕੇ ਜਵਾਹਰ ਸਿੰਘ ਦੀ ਆਪਣੀ ਫੌਜ ਵੀ ਉਹਦੇ ਉਲਟ ਹੋ ਗਈ। ਮਹਾਰਾਣੀ ਜਿੰਦ ਕੌਰ ਅਤੇ ਜਵਾਹਰ ਸਿੰਘ ਨੇ ਫੌਜ ਦੀ ਤਨਖਾਹ ਵਧਾ ਦੇਣ ਦਾ ਲਿਖਤੀ ਇਕਰਾਰ ਭੇਜਿਆ, ਮਗਰ ਫੌਜ ਨਾ ਮੰਨੀ। 21 ਸਤੰਬਰ 1845 ਈਸਵੀ ਐਤਵਾਰ ਨੂੰ ਪ੍ਰਿਥੀ ਸਿੰਘ ਸਣੇ ਫੌਜ ਦਿੱਲੀ ਦਰਵਾਜ਼ੇ ਅੱਗੇ ਆ ਬੈਠੀ। ਇੱਥੋਂ ਫਿਰ ਜਵਾਹਰ ਸਿੰਘ ਨੂੰ ਸੁਨੇਹਾ ਘੱਲਿਆ, ਹੁਣ ਤਾਂ ਵਜ਼ੀਰ ਦੀ ਖਾਨਿਓਂ ਗਈ। ਉਹ ਆਪਣੀ ਭੈਣ ਮਹਾਰਾਣੀ ਜਿੰਦ ਕੌਰ ਨੂੰ ਨਾਲ ਲੈ ਕੇ ਫੌਜ ਵੱਲ ਤੁਰ ਪਿਆ। ਇੱਕ ਹਾਥੀ 'ਤੇ ਜਵਾਹਰ ਸਿੰਘ ਗੋਦੀ 'ਚ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਲਈ ਬੈਠਾ ਸੀ ਅਤੇ ਇੱਕ ਉੱਤੇ ਮਹਾਰਾਣੀ। ਫੌਜ ਨੂੰ ਇਨਾਮ ਦੇਣ ਵਾਸਤੇ ਬਹੁਤ ਸਾਰੀ ਦੌਲਤ ਵੀ ਨਾਲ ਰੱਖੀ ਸੀ। ਪਿੱਛੇ ਪਿੱਛੇ ਜਵਾਹਰ ਸਿੰਘ ਦੇ ਕੁਛ ਮਿੱਤਰ ਵੀ ਆ ਰਹੇ ਸੀ। ਉਹ ਫੌਜ 'ਚ ਪਹੁੰਚੇ ਤਾਂ ਪ੍ਰਿਥੀ ਸਿੰਘ ਅਤੇ ਦੀਵਾਨ ਜਵਾਹਰ ਮੱਲ ਦੇ ਸਿਪਾਹੀਆਂ ਨੇ ਵਜ਼ੀਰ ਦਾ ਹਾਥੀ ਘੇਰ ਲਿਆ। ਉਹ ਬਥੇਰੇ ਵਾਸਤੇ ਪਾ ਰਿਹਾ, ਇਨਾਮ ਦੇ ਲਾਲਚ ਵੀ ਦੇ ਰਿਹਾ, ਪਰ ਕਿਸੇ ਇੱਕ ਨਾ ਮੰਨੀ। ਉਹਦੀ ਗੋਦ ਵਿੱਚੋਂ ਬਾਲਕ ਮਹਾਰਾਜਾ ਖੋ ਕੇ ਦੋਹਾਂ ਪਾਸਿਆਂ ਤੋਂ ਗੋਲੀਆਂ ਮਾਰ ਦਿੱਤੀਆਂ। ਇੱਕ ਗੋਲੀ ਵੱਖੀ 'ਚ, ਦੂਜੀ ਮੱਥੇ 'ਚ ਵੱਜੀ। ਉਹਨੂੰ ਧਰੂ ਕੇ ਹਾਥੀ ਤੋਂ ਥੱਲੇ ਸੁੱਟ ਲਿਆ, ਤਲਵਾਰ ਨਾਲ ਸਿਰ ਲਾ ਲਿਆ। ਉਹਦੇ ਨਾਲ ਹੀ ਭਾਈ ਰਤਨ ਸਿੰਘ, ਭਾਈ ਚੇਤਾ ਅਤੇ ਕਈ ਹੋਰ ਮਾਰੇ ਗਏ। ਦੌਲਤ ਜੋ ਵਜ਼ੀਰ ਨਾਲ ਲਿਆਇਆ ਸੀ ਫੌਜਾਂ ਨੇ ਲੁੱਟ ਲਈ। ਰਾਤ ਇੱਕ ਤੰਬੂ 'ਚ ਮਹਾਰਾਣੀ ਅਤੇ ਇੱਕ 'ਚ ਮਹਾਰਾਜਾ ਦਲੀਪ ਸਿੰਘ ਫੌਜ ਦੀ ਰਾਖੀ 'ਚ ਰਹੇ। ਦਿਨੇ ਜਵਾਹਰ ਸਿੰਘ ਦੀ ਲੋਥ ਮਹਾਰਾਣੀ ਦੇ ਹਵਾਲੇ ਕੀਤੀ ਗਈ। ਇਸ ਸ਼ਰਤ ਉੱਤੇ ਦਲੀਪ ਸਿੰਘ ਵੀ ਦਿੱਤਾ ਗਿਆ ਕਿ ਮਹਾਰਾਣੀ ਉਹਨੂੰ ਕੋਈ ਕਸ਼ਟ ਨਹੀਂ ਪਹੁੰਚਾਏਗੀ। ਫੌਜਾਂ ਨੇ ਜ਼ਬਾਨੀ ਮਹਾਰਾਣੀ ਤੋਂ ਮਾਫ਼ੀ ਮੰਗੀ, ਅੱਗੇ ਵਾਸਤੇ ਉਹਦੇ ਅਧੀਨ ਰਹਿਣ ਦਾ ਪ੍ਰਣ ਕੀਤਾ। ਪਿਛਲੇ ਪੈਰ ਮਸਤੀ ਦਰਵਾਜ਼ੇ ਦੇ ਬਾਹਰ ਜਵਾਹਰ ਸਿੰਘ ਦਾ ਸੰਸਕਾਰ ਕੀਤਾ ਗਿਆ। ਮਹਾਰਾਣੀ ਦੀਆਂ ਚੀਕਾਂ ਉਦੋਂ ਸੁਣੀਆਂ ਨਹੀਂ ਸੀ ਜਾਂਦੀਆਂ। ਫੌਜੀ ਪੰਚਾਂ ਨੇ ਬੜਾ ਸਮਝਾਇਆ, ਭਾਣਾ ਮੰਨਣ ਵਾਸਤੇ ਬੇਨਤੀ ਕੀਤੀ। ਮਹਾਰਾਣੀ ਨੇ ਕਿਹਾ ਕਿ ਜੇ ਸਰਦਾਰ ਜਵਾਹਰ ਸਿੰਘ ਦੇ ਕਾਤਲ ਉਹਦੇ ਹਵਾਲੇ ਕੀਤੇ ਜਾਣ ਤਾਂ ਉਹ ਰਾਜ਼ੀ ਹੋ ਜਾਏਗੀ। ਡੋਗਰਾ ਪ੍ਰਿਥੀ ਸਿੰਘ ਤਾਂ ਰਾਤੋ ਰਾਤ ਜੰਮੂ ਨੱਸ ਗਿਆ। ਦੀਵਾਨ ਜਵਾਹਰ ਮੱਲ ਕੈਦ ਕਰਕੇ ਮਹਾਰਾਣੀ ਦੇ ਹਵਾਲੇ ਕਰਤਾ ਗਿਆ। ਕੁਛ ਦਿਨਾਂ ਪਿੱਛੋਂ ਮਹਾਰਾਣੀ ਨੇ ਉਹਨੂੰ ਵੀ ਰਿਹਾਅ ਕਰ ਦਿੱਤਾ। ਸਰਦਾਰ ਜਵਾਹਰ ਸਿੰਘ ਦੇ ਮਾਰੇ ਜਾਣ 'ਤੇ ਹੋਰ ਸਰਦਾਰਾਂ ਦੇ ਦਿਲਾਂ 'ਤੇ ਇੰਨਾ ਡਰ ਬੈਠਾ ਕਿ ਫਿਰ ਵਜ਼ੀਰ ਕੋਈ ਨਾ ਬਣੇ। ਰਾਜਾ ਗੁਲਾਬ ਸਿੰਘ ਨੂੰ ਵਜ਼ੀਰ ਬਣਨ ਵਾਸਤੇ ਕਿਹਾ, ਮਗਰ ਉਹ ਮੰਨਿਆ ਨਾ। ਫਿਰ ਹੋਰ ਵੀ ਕਈਆਂ ਨੂੰ ਕਿਹਾ, ਮਗਰ ਹਾਂ ਕਿਸੇ ਨੇ ਨਾ ਕੀਤੀ। ਆਖਰ ਮਹਾਰਾਣੀ ਜਿੰਦ ਕੌਰ ਨੇ ਸਭ ਕੁਝ ਆਪਣੇ ਹੱਥ 'ਚ ਲੈ ਲਿਆ। ਪੰਚਾਇਤ ਦੀ ਮਦਦ ਨਾਲ ਰਾਜ ਕਰਨ ਲੱਗੀ। ਪੰਚਾਇਤ ਦੇ ਸਿਰ ਕੱਢ ਦੇ ਦੀਵਾਨ ਦੀਨਾਨਾਥ, ਭਾਈ ਰਾਮ ਸਿੰਘ, ਮਿਸਰ ਲਾਲ ਸਿੰਘ ਆਦਿ ਬਣੇ।
ਦੀਨਾਨਾਥ ਖਜਾਨਚੀ ਅਤੇ ਭਗਤ ਰਾਮ ਅਤੇ ਫਕੀਰ ਨੂਰਦੀਨ ਫਕੀਰ ਅਜ਼ੀਜ਼ੁਦੀਨ ਦਾ ਭਰਾ ਤਨਖਾਹ ਵੰਡਣ 'ਤੇ ਲਾਏ ਗਏ। ਇਸ ਤਰ੍ਹਾਂ ਕੁਛ ਚਿਰ ਤਾਂ ਇਹ ਪ੍ਰਬੰਧ ਚੱਲਦਾ ਰਿਹਾ, ਪਰ ਜਦੋਂ ਸਿੱਖ ਅੰਗਰੇਜ਼ਾਂ ਨਾਲ ਲੜਨ ਵਾਸਤੇ ਮਜਬੂਰ ਹੋ ਗਏ ਉਦੋਂ ਸ਼ੁਰੂ ਨਵੰਬਰ 1845 ਈਸਵੀ ਨੂੰ ਰਾਜਾ ਲਾਲ ਸਿੰਘ ਮਿਸਰ ਵਜ਼ੀਰ ਅਤੇ ਤੇਜ ਸਿੰਘ ਜਮਾਦਾਰ ਖੁਸ਼ਹਾਲ ਸਿੰਘ ਬ੍ਰਾਹਮਣ ਦਾ ਪੁੱਤਰ ਖਾਲਸਾ ਫੌਜ ਦਾ ਸੈਨਾਪਤੀ ਬਣੇ। ਵਜ਼ੀਰੀ ਵਾਸਤੇ 3 ਉਮੀਦਵਾਰ ਸਨ, ਰਾਜਾ ਗੁਲਾਬ ਸਿੰਘ, ਤੇਜ ਸਿੰਘ ਅਤੇ ਲਾਲ ਸਿੰਘ। ਅੰਤ 1 ਦੇ ਹੱਕ 'ਚ ਫੈਸਲਾ ਇਸ ਤਰ੍ਹਾਂ ਹੋਇਆ, 5 ਪਰਚੀਆਂ, 2 ਖਾਲੀ ਅਤੇ 3 ਅਤੇ 3 ਉਮੀਦਵਾਰਾਂ ਦੇ ਨਾਮ ਪਾਈਆਂ ਗਈਆਂ। ਮਹਾਰਾਜਾ ਦਲੀਪ ਸਿੰਘ ਦੇ ਹੱਥੀਂ ਇੱਕ ਪਰਚੀ ਕੱਢੀ ਜਿਸ 'ਤੇ ਲਾਲ ਸਿੰਘ ਦਾ ਨਾਮ ਸੀ, ਸੋ ਉਹ ਵੱਡਾ ਵਜ਼ੀਰ ਬਣਿਆ। ਹੁਣ ਅੰਗਰੇਜ਼ਾਂ ਨਾਲ ਲੜਾਈ ਹੋਣੀ ਅਵੱਸ਼ ਹੋ ਗਈ ਸੀ। ਧੰਨਵਾਦ।